इंटरनेशनल नो तंबाकू डे के उत्ते असीं डीसी साहब को मंग करते हाँ कि पूरे पंजाब दे विच तंबाकू नूं बंद किया जाए संपूर्ण तौर के उत्ते, इस दे लई ढिले कानून बनाए जाण। जिवें लॉकडाउन करके सरकार ने कोरोना वर्गी महामारी का तंबाकू उत्ते सख्त पाबंदियां लगाईआं जाण। ਹਜਾ ਪਿੱਛੇ ਪੜਾ ਜਾ ਬੰਦ ਕੀਤਾ ਕੈਸ਼ਰ ਆਪਣੇ ਹਟ ਜਾਏਗਾ। ਜਸਪਾਲ ਸਿੰਘ ਸੈਣੀ ਲਾਲ, ਅਸੀਂ ਇਹ ਪਾਵਰ ਸੇਵ ਹੋਮ ਰੈਡ ਸੋਲ ਆਰਗੇਨਾਈਜੇਸ਼ਨ ਤੋਂ ਮੰਗ ਪੱਤਰ ਦੇ ਕੇ ਡੀਸੀ ਸਾਹਿਬ ਨੂੰ ਆਏ ਹਾਂ ਤੰਬਾਕੂ ਦੇ ਬਾਰੇ ਵਿੱਚ। ਤੰਬਾਕੂ ਜਿਹੜਾ ਆ ਇਹਨੂੰ ਪੰਜਾਬ 'ਚ ਖੇਤੀ ਬੰਦ ਕੀਤੀ ਜਾਵੇ ਇਹਦੀ, ਇਹਦੇ ਨਾਲ ਖਾਤਰ ਹੁਣ ਜਿਹੜਾ ਸਿਗਰਟਾਂ ਪੀ ਲੋਕਾਂ ਦਾ ਧੂੰਆਂ ਨਾਲ ਲੋਕਾਂ ਦੇ ਫੇਫੜੇ ਖਰਾਬ ਹੁੰਦੇ ਹਨ, ਪ੍ਰਦੂਸ਼ਣ ਹੁੰਦਾ ਹੈ, ਬਹੁਤ ਗੰਦੀ ਸਮੈਲ ਹੁੰਦੀ ਹੈ। ਜੇ ਆਦਮੀ ਕੋਈ ਜਿਹੜਾ ਸਿਗਰਟ ਜਾਂ ਤੰਬਾਕੂ ਖਾਂਦਾ ਉਹਦੀ ਵਾਈਫ ਨੂੰ, ਉਹਦੇ ਬੱਚਿਆਂ ਨੂੰ, ਪਰਿਵਾਰ ਤੱਕ, ਉਹਦੇ ਨੂੰ ਲੇਡੀ ਗਰਭਵਤੀ ਲੇਡੀਜ਼ ਨੂੰ ਜਾ ਕੇ ਉਹ ਇਫੈਕਟ ਕਰਦਾ। ਇਸ ਕਰਕੇ ਅਸੀਂ ਡਿਮਾਂਡ ਕਰਦੇ ਹਾਂ ਕਿ ਤੰਬਾਕੂ ਦੀ ਖੇਤੀ ਔਰ ਤੰਬਾਕੂ ਜਿਹੜਾ ਵਿਕਣਾ ਬੰਦ ਕੀਤਾ ਜਾਵੇ। ਧੰਨਵਾਦ। ਅਸੀਂ ਤਾਂ ਚਾਹੁੰਦੇ ਸਰਕਾਰ ਨੂੰ ਰਿਕੁਐਸਟ ਕਰ ਬੰਦ ਕੀਤਾ, ਸਰਕਾਰ ਬੰਦ ਕਰੇਗੀ, ਉਹ ਹੋਏਗਾ, ਹੌਲੀ ਹੌਲੀ ਹੋਏਗਾ, ਜੇ ਰੌਲਾ ਰੱਪਾ ਪਾਵਾਂਗੇ ਤਾਂ ਹੀ ਬੰਦ ਹੋ ਸਕਦਾ। ਆਮ ਜਨਤਾ ਨੂੰ ਵੀ ਚਾਹੀਦਾ ਹੈ ਇਹ ਤੰਬਾਕੂ ਬਾਰੇ ਧਿਆਨ ਨਾਲ ਸੋਚਿਆ ਜਾਵੇ। ਤੰਬਾਕੂ ਕਿੱਡੀ ਮਾੜੀ ਚੀਜ਼ ਹੈ, ਬਹੁਤ ਜ਼ਿਆਦਾ ਬਹੁਤ ਭਿਆਨਕ, ਜੇ ਲੋਕਾਂ ਨੂੰ ਮੂੰਹ ਦਾ ਕੈਂਸਰ ਹੁੰਦਾ, ਫੇਫੜਿਆਂ ਦਾ ਕੈਂਸਰ ਹੁੰਦਾ, ਜਿਹਦੇ ਨਾਲ ਕੈਂਸਰ ਦੀ ਬਿਮਾਰੀ, ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਫੈਲਦੀਆਂ ਹਨ, ਪ੍ਰਦੂਸ਼ਣ ਫੈਲਦਾ ਹੈ। ਇਸ ਕਰਕੇ ਅਸੀਂ ਚਾਹੁੰਦੇ ਸਰਕਾਰ ਨੂੰ ਵੀ ਇਹ ਖੇਤੀ ਬੰਦ ਕੀਤੀ ਜਾਵੇ, ਦੁਕਾਨਾਂ ਜਿਹੜੀਆਂ ਬੰਦ ਕੀਤੀਆਂ ਜਾਣ।